ਅਫਗਾਨਿਸਤਾਨ ਦੀ ਐਮਬੈਸੀ ਨੇ ਮਿਨਿਸਟਰ ਪ੍ਰਕਾਸ਼ ਜਾਵੇਦਕਰ ਨੂੰ ਇੱਕ ਲੈਟਰ ਲਿਖ ਕੇ ਬਾਲੀਵੁੱਡ ਦੀ ਇੱਕ ਮੂਵੀ ਜਿਸ ਦਾ ਨਾਮ ਪਾਣੀਪਤ ਹੈ ਜੋ ਕਿ ਦਸੰਬਰ ਦੀ 6 ਤਰੀਕ ਨੂੰ 2019 'ਚ ਰਿਲੀਜ਼ ਹੋਣ ਜਾ ਰਹੀ ਹੈ ਉਸ ਨੂੰ ਰੋਕਣ ਲਈ ਅਤੇ ਉਸ ਵਿੱਚ ਜੋ ਅਹਿਮਦ ਸ਼ਾਹ ਅਬਦਾਲੀ ਦਾ ਕਰੈਕਟਰ ਦੱਸਿਆ ਗਿਆ ਹੈ ਉਸ ਵਿੱਚ ਚੇਂਜਿਸ ਅਤੇ ਉਸ ਨੂੰ ਨੈਗੇਟਿਵ ਨਾ ਦਿਖਾਉਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਆਪਣੇ ਲੈਟਰ ਵਿੱਚ ਇਹ ਲਿਖਿਆ ਹੈ ਕਿ ਭਾਰਤ ਅਤੇ ਅਫਗਾਨਿਸਤਾਨ ਦੇ ਲੋਕਾਂ ਵਿੱਚ ਇੱਕ ਬਹੁਤ ਵਧੀਆ ਭਾਈਚਾਰਾ ਰਿਲੇਸ਼ਨ ਬਣਿਆ ਹੋਇਆ ਹੈ। ਜੇਕਰ ਇਹ ਮੂਵੀ ਵਿੱਚ ਅਹਿਮਦ ਸ਼ਾਹ ਅਬਦਾਲੀ ਦਾ ਕਰੈਕਟਰ ਨੂੰ ਗਲਤ ਦਰਸਾਇਆ ਗਿਆ ਤਾਂ ਸ਼ਾਇਦ ਉਸ ਵਿੱਚ ਕਾਫੀ ਦਰਾਰਾਂ ਜਾਂ ਫਿਰ ਉਹਨਾਂ ਵਿੱਚ ਇੱਕ ਨੈਗੇਟਿਵ ਰੋਲ ਆ ਜਾਏਗਾ ਜਿਸ ਕਰਕੇ ਸ਼ਾਇਦ ਭਾਰਤ ਅਤੇ ਅਫਗਾਨਿਸਤਾਨ ਦੇ ਰਿਲੇਸ਼ਨ ਖਰਾਬ ਵੀ ਹੋ ਸਕਦੇ ਨੇ। ਇਹ ਪਹਿਲੀ ਵਾਰ ਹੈ ਕਿ ਕਿਸੇ ਦੇਸ਼ ਦੀ ਐਮਬੈਸੀ ਨੇ ਸਿੱਧੇ ਭਾਰਤ ਸਰਕਾਰ ਨੂੰ ਇੱਕ ਮੰਗ ਪੱਤਰ ਸੌਂਪਿਆ ਹੈ ਜਿਸ ਵਿੱਚ ਕਿਸੇ ਮੂਵੀ ਨੂੰ ਰੋਕਣ ਦੀ ਗੱਲ ਕਹੀ ਹੈ। ਦੋਸਤੋ ਦੱਸ ਦਈਏ ਇਹ ਮੂਵੀ ਪਾਣੀਪਤ ਦੀ ਤੀਜੀ ਲੜਾਈ ਉੱਤੇ ਬਣਾਈ ਗਈ ਹੈ। ਹਾਂ, ਇਹ ਤੋਂ ਪਹਿਲਾਂ ਹੋਰ ਵੀ ਦੋ ਲੜਾਈਆਂ ਹੋਈਆਂ ਸਨ। ਪਾਣੀਪਤ ਦਾ ਇਲਾਕਾ ਇੱਕ ਅਜਿਹਾ ਇਲਾਕਾ ਹੈ ਜੋ ਕਿ ਪੂਰੀ ਤਰ੍ਹਾਂ ਪਰਲੇਨ ਹੈ ਅਤੇ ਜਿਸ ਉੱਤੇ ਫੌਜੀਆਂ ਨੂੰ ਲੜਨ 'ਚ ਬਹੁਤ ਜ਼ਿਆਦਾ ਸੌਖ ਹੁੰਦੀ ਹੈ। ਇਸ ਇਲਾਕੇ ਵਿੱਚ ਪਾਣੀ ਦੀ ਅਵਸਥਾ ਵੀ ਹੈ, ਨਾਲ ਹੀ ਨਾਲ ਜ਼ਮੀਨ ਉਪਜਾਊ ਹੋਣ ਕਰਕੇ ਖਾਣ ਪੀਣ ਦੀ ਵੀ ਕੋਈ ਘਾਟ ਨਹੀਂ ਹੁੰਦੀ। ਜੋ ਵੀ ਦੁਸ਼ਮਣ ਭਾਰਤ ਉੱਤੇ ਹਮਲਾ ਕਰਨ ਨੌਰਥ ਸਾਈਡ ਤੋਂ ਆਉਂਦਾ ਸੀ ਉਹ ਪੰਜਾਬ ਦੇ ਇਲਾਕਿਆਂ 'ਚੋਂ ਜਿੱਤਦਾ ਹੋਇਆ ਜੋ ਦਿੱਲੀ ਪਹੁੰਚਣ ਤੋਂ ਪਹਿਲਾਂ ਉਸਨੂੰ ਪਾਣੀਪਤ ਜਿੱਤਣਾ ਜ਼ਰੂਰੀ ਹੁੰਦਾ ਸੀ ਕਿਉਂਕਿ ਪਾਣੀਪਤ ਦਾ ਉਹ ਇਲਾਕਾ ਹੈ ਜਿੱਥੇ ਹਰੇਕ ਚੀਜ਼ ਸਹੂਲਤ ਮਿਲ ਜਾਂਦੀ ਸੀ ਤਾਂ ਕਿ ਜੇਕਰ ਉਸਨੂੰ ਕਿਸੇ ਪਾਸੋਂ ਬੈਕਅਪ ਚਾਹੀਦਾ ਹੋਵੇ ਤਾਂ ਉਹ ਪਾਣੀਪਤ ਤੋਂ ਲੈ ਸਕੇ ਅਤੇ ਉਸ ਇਸਤੇਮਾਲ ਕਰਕੇ ਦਿੱਲੀ ਵਿੱਚ ਹਮਲਾ ਕਰ ਸਕੇ। ਉਸੇ ਤਰ੍ਹਾਂ ਦਿੱਲੀ ਲਈ ਵੀ ਪਾਣੀਪਤ ਦਾ ਇਲਾਕਾ ਬਹੁਤ ਜ਼ਰੂਰੀ ਸੀ ਆਪਣੇ ਆਪ ਨੂੰ ਡਿਫੈਂਡ ਰੱਖਣ ਲਈ। ਦੋਸਤੋ ਜੇ ਗੱਲ ਕਰੀਏ ਅਹਿਮਦ ਸ਼ਾਹ ਅਬਦਾਲੀ ਦੀ, ਭਾਰਤ ਉੱਤੇ 8 ਵਾਰ ਹਮਲਾ ਕੀਤਾ 1748 ਤੋਂ ਲੈ ਕੇ 1767 ਦੇ ਵਿੱਚ। ਉਸਦੇ ਭਾਰਤ ਉੱਤੇ ਹਮਲਾ ਕਰਨ ਦੇ ਦੋ ਕਾਰਨ ਹਨ ਜਿਨ੍ਹਾਂ ਵਿੱਚੋਂ ਪਹਿਲਾ ਕਾਰਨ ਸੀਗਾ ਕਿ ਉਹ ਭਾਰਤ ਤੋਂ ਸੋਨਾ ਅਤੇ ਉਸਦੀ ਸਮੱਗਰੀ ਲੁੱਟ ਕੇ ਆਪਣੇ ਦੇਸ਼ ਅਫਗਾਨਿਸਤਾਨ ਨੂੰ ਅਮੀਰ ਬਣਾਉਣਾ ਚਾਹੁੰਦਾ ਸੀ ਤਾਂ ਕਿ ਉੱਥੇ ਦੇ ਲੋਕਾਂ ਦੀਆਂ ਜੋ ਸਮੱਸਿਆਵਾਂ ਹਨ ਉਹਨਾਂ ਨੂੰ ਦੂਰ ਕੀਤਾ ਜਾ ਸਕੇ। ਦੂਜਾ, ਉਹ ਆਪਣਾ ਰਾਜ ਫੈਲਾ ਕੇ ਪੰਜਾਬ ਦੇ ਇਲਾਕੇ ਵਿੱਚ ਲਿਆਉਣਾ ਚਾਹੁੰਦਾ ਸੀ ਤਾਂ ਇਹ ਸਭ ਕੁਝ ਕਰਨ 'ਚ ਸਫਲ ਵੀ ਹੋ ਚੁੱਕਾ ਸੀ। ਪਰ ਹੌਲੀ ਸੱਜੇ ਪੰਜਾਬ ਦੇ ਇਲਾਕੇ ਦੇ ਸਿੱਖਾਂ ਨੇ ਅਹਿਮਦ ਸ਼ਾਹ ਅਬਦਾਲੀ ਤੋਂ ਮੁੜ ਆਪਣਾ ਇਲਾਕਾ, ਆਪਣਾ ਪੰਜਾਬ ਦਾ ਹਿੱਸਾ ਵਾਪਸ ਲੈ ਲਿਆ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਦਿੱਲੀ ਜਿੱਤੀ ਤਾਂ ਉਹਨ ਬਹੁਤ ਭਿਅੰਕਰ ਤਰੀਕੇ ਨਾਲ ਹਜ਼ਾਰਾਂ ਹੀ ਲੋਕਾਂ ਨੂੰ ਮਾਰਿਆ ਅਤੇ ਬੇਹਿਸਾਬ ਨਾਲ ਲੁੱਟ ਕੀਤੀ ਅਤੇ ਜੋ ਬੱਚਾ ਮੁੰਡਾ ਦੀ ਦਾ ਸੀਗਾ ਉਸਨੂੰ ਮਾਰ ਦਿੰਦੇ ਸੀ ਅਤੇ ਮੇਲਸ ਨੂੰ ਅਰੈਸਟ ਕਰ ਲੈਂਦੇ ਸੀ ਅਤੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਸਲੇਵ ਬਣਾ ਲੈਂਦੇ ਸੀਗੇ ਅਤੇ ਹਜ਼ਾਰਾਂ ਹੀ ਸਲੇਵਸ ਨੂੰ ਆਪਣੇ ਅਫਗਾਨਿਸਤਾਨ ਜਾਂ ਫਿਰ ਆਪਣੇ ਨਾਲ ਲੈ ਜਾਂਦੇ ਸਨ। ਅਹਿਮਦ ਸ਼ਾਹ ਅਬਦਾਲੀ ਨੇ ਜੋ ਦਿੱਲੀ ਜਿੱਤੀ ਮਰਾਠਿਆਂ ਤੋਂ, ਮੁਗਲ ਸ਼ਾਹ ਆਲਮ ਨੂੰ ਛੱਡ ਕੇ ਉਹ ਵਾਪਸ ਅਫਗਾਨਿਸਤਾਨ ਚਲਾ ਗਿਆ ਜਿੱਥੋਂ ਕੁਛ ਸਮੇਂ ਬਾਅਦ ਹੀ ਮਰਾਠੀਆਂ ਨੇ ਦੁਬਾਰਾ ਦਿੱਲੀ 'ਤੇ ਹਮਲਾ ਕਰਕੇ ਵਾਪਸ ਦਿੱਲੀ ਆਪਣੇ ਕਬਜ਼ੇ ਵਿੱਚ ਲੈ ਲਈ। ਜੇ ਦੇਖਿਆ ਜਾਵੇ ਤਾਂ ਇਸ ਵਿੱਚ ਬਹੁਤ ਜ਼ਿਆਦਾ ਮੈਸਿਵ ਗੱਲਾਂ, ਯਾਨੀ ਕਿ ਜੋ ਕਿ ਫਿਲਮ ਵਿੱਚ ਦਰਸ਼ਾਉਣ ਨਾਲ ਕਾਫੀ ਜ਼ਿਆਦਾ ਹੀ ਅਫਗਾਨੀ ਭਾਰਤ ਨਾਲ ਆਪਣੇ ਰਿਸ਼ਤੇ ਖਰਾਬ ਕਰ ਸਕਦੇ ਨੇ। ਕਿਉਂ ਅਸਲ 'ਚ ਅਫਗਾਨਿਸਤਾਨ ਵੈਸੇ ਇੰਨੀ ਡਰੀ ਹੋਈ ਕਿਉਂ ਹੈ? ਕਿਉਂਕਿ ਉਸ ਨੂੰ ਲੱਗਦਾ ਹੈ ਕਿ ਜੋ ਬਾਲੀਵੁੱਡ ਦੀ ਫਿਲਮਸ ਹੈ ਉਹ ਪੂਰੀ ਦੁਨੀਆ ਭਰ ਵਿੱਚ ਦਿਖਾਈਆਂ ਜਾਂਦੀਆਂ ਨੇ, ਈਵਨ ਚਾਈਨਾ, ਪਾਕਿਸਤਾਨ, ਅਫਗਾਨਿਸਤਾਨ, ਮਿਡਲ ਈਸਟ ਅਤੇ ਹੋਰ ਵੀ ਵੱਡੇ ਵੱਡੇ ਦੇਸ਼ਾਂ ਵਿੱਚ, ਜਿਸ ਕਰਕੇ ਅਫਗਾਨਿਸਤਾਨ ਦੀ ਇਮੇਜ ਪੂਰੀ ਦੁਨੀਆ ਵਿੱਚ ਬਹੁਤ ਜ਼ਿਆਦਾ ਮਾੜੀ ਸ਼ੋ ਹੋਊਗੀ ਅਤੇ ਅਫਗਾਨਿਸਤਾਨ ਦੇ ਲੋਕ ਵੀ ਇਹ ਨਹੀਂ ਚਾਹੁੰਦੇ ਕਿ ਉਹਨਾਂ ਦੇ ਕਿਸੇ ਵੀ ਲੀਡਰ ਖਿਲਾਫ਼, ਜਾਣੀ ਕਿ ਜਿਨ੍ਹਾਂ ਕਰਕੇ ਉਹਨਾਂ ਦਾ ਅਫਗਾਨਿਸਤਾਨ ਦੇਸ਼ ਬਣਿਆ ਹੈ ਉਸ ਦੇ ਖਿਲਾਫ਼ ਕੋਈ ਵੀ ਕੁਛ ਗਲਤ ਬੋਲੇ, ਕਿਉਂਕਿ ਅਫਗਾਨਿਸਤਾਨ ਵਿੱਚ ਅਹਿਮਦ ਸ਼ਾਹ ਅਬਦਾਲੀ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਨੇ ਕਿਉਂਕਿ ਉਹ ਉਹਨਾਂ ਦਾ ਇਹ ਮੰਨਣਾ ਹੈ ਕਿ ਅਹਿਮਦ ਸ਼ਾਹ ਅਬਦਾਲੀ ਕਰਕੇ ਹੀ ਅਫਗਾਨਿਸਤਾਨ ਅੱਜ ਹੋਂਦ ਵਿੱਚ ਆਇਆ ਹੈ। ਪਰ ਦੋਸਤੋ ਗੱਲ ਇਹ ਹੈ ਕਿ ਪਾਣੀਪਤ ਦੀ ਇਹ ਫਿਲਮ ਪ੍ਰਾਈਵੇਟ ਲੋਕਾਂ ਵੱਲੋਂ ਬਣਾਈ ਗਈ ਹੈ, ਨਾ ਕਿ ਸਰਕਾਰ ਵੱਲੋਂ। ਅਫਗਾਨਿਸਤਾਨ ਦੇ ਐਮਬੈਸੀ ਨੇ ਕਿਹਾ ਹੈ ਕਿ ਉਹ ਸੀਨ ਕੁਝ ਫਿਲਮ ਵਿੱਚੋਂ ਕੱਟ ਦਿੱਤੇ ਜਾਣ ਜਿਨ੍ਹਾਂ ਵਿੱਚ ਅਹਿਮਦ ਸ਼ਾਹ ਅਬਦਾਲੀ ਨੂੰ ਗਲਤ ਦਿਖਾਇਆ ਗਿਆ ਹੈ ਤਾਂ ਕਿ ਭਾਰਤੀ ਅਤੇ ਅਫਗਾਨਿਸਤਾਨ ਦੇ ਲੋਕਾਂ ਵਿੱਚ ਕੋਈ ਦਰਾਰ ਨਾ ਆ ਜਾਵੇ। ਦੋਸਤੋ ਜੇ ਭਾਰਤ ਸਰਕਾਰ ਅਫਗਾਨਿਸਤਾਨ ਦੀ ਐਮਬੈਸੀ ਦੀ ਇਹ ਗੱਲ ਮੰਨਦਾ ਹੈ ਤਾਂ ਜੋ ਦੁਨੀਆ ਵਿੱਚ ਹੋਰ ਵੀ ਬੜੇ ਮੁਲਕ ਹਨ ਉਹ ਵੀ ਭਾਰਤ ਦੀ ਜੋ ਵੀ ਫਿਲਮ ਇੰਡਸਟਰੀ ਹੈ ਉਸਨੂੰ ਫੋਰਸਫੁਲੀ ਦਬਾਉਣ ਦੀ ਕੋਸ਼ਿਸ਼ ਕਰਨਗੇ। ਜਦੋਂ ਵੀ ਕੋਈ ਉਹਨਾਂ 'ਚੋਂ ਕਿਸ ਲੀਡਰ ਉੱਤੇ ਕੋਈ ਵੀ ਫਿਲਮ ਪ੍ਰੋਡਿਊਸ ਕਰਨਗੇ ਤਾਂ ਉਹ ਜਿਹੋ ਜਿਹਾ ਚਾਹੁਣਗੇ ਉਹੋ ਜਿਹਾ ਉਹਨਾਂ ਨੂੰ ਮੰਨਣਾ ਪਵੇਗਾ। ਇਸ ਕਰਕੇ ਜੇ ਭਾਰਤ ਸਰਕਾਰ ਇਸ ਅਹਿਮਦ ਸ਼ਾਹ ਅਬਦਾਲੀ ਦੀ ਇਸ ਫਿਲਮ ਉੱਤੇ ਕੋਈ ਵੀ ਰੋਕ ਜਾਂ ਕੁਛ ਇਹੋ ਜਿਹਾ ਢੰਗ ਕਰਦੀ ਹੈ ਤਾਂ ਉਸਦਾ ਪੂਰਾ ਇੰਪੈਕਟ ਬਾਲੀਵੁੱਡ ਇੰਡਸਟਰੀ ਯਾਨੀ ਭਾਰਤ ਦੀ ਫਿਲਮ ਇੰਡਸਟਰੀ ਉੱਤੇ ਪਵੇਗਾ। ਲਾਈਕ ਦਿਸ ਵੀਡੀਓ, ਸਬਸਕ੍ਰਾਈਬ ਅਵਰ ਚੈਨਲ ਸਾਹਿਤ ਟੀਵੀ।